ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਕੋਰੋਨਾ ਵਾਇਰਸ ਨਾਲ ਜਿੱਟਣ ਲਈ ਜਿੱਥੇ ਸਰਕਾਰਾਂ ਤੇ ਪ੍ਰਸ਼ਾਸਨ ਜੱਦੋ-ਜਹਿਦ ਕਰ ਰਹੇ ਆ, ਉੱਥੇ ਹੀ ਪਿੰਡਾਂ ਦੇ ਲੋਕ ਵੀ ਹੁਣ ਅੱਗੇ ਆਉਣਾ ਸ਼ੁਰੂ ਹੋ ਗਏ ਆ, ਜੋ ਆਪਣੀ ਅਹਿਮ ਜ਼ਿੰਮੇਵਾਰੀ ਪਹਿਚਾਣ ਰਹੇ ਆ। ਹੁਣ ਅਸੀਂ ਇੱਕ ਇਹੋ ਜਿਹੇ ਸਰਪੰਚ ਦੀ ਗੱਲ ਕਰਨ ਜਾ ਰਹੇ ਆ ਜੋ ਹਮੇਸ਼ਾ ਹੀ ਆਪਣੀ ਪਿੰਡ ਦੀ ਬਿਹਤਰੀ ਲਈ ਲੜਾਈ ਲੜਦਾ ਆ ਰਿਹਾ ਹੈ। ਜੀ ਬਿਲਕੁਲ, ਅਸੀਂ ਗੱਲ ਕਰਨ ਜਾ ਰਹੇ ਆ ਜ਼ਿਲ੍ਹਾ ਜਲੰਧਰ ਦੇ ਪਿੰਡ ਮਠੱਡਾ ਕਲਾਂ ਦੇ ਧਾਕੜ ਸਰਪੰਚ ਕਾਂਤੀ ਮੋਹਨ ਦੀ, ਜਿਸਨੇ ਇਹੋ ਜਿਹਾ ਕੰਮ ਕਰ ਦਿੱਤਾ, ਹੁਣ ਕੋਰੋਨਾ ਵਾਇਰਸ ਦਾ ਪਿੰਡ ਵਿੱਚ ਬਣਨਾ ਔਖਾ ਹੋ ਗਿਆ ਹੈ। ਕਾਂਤੀ ਮੋਹਨ ਦੇ ਦੱਸਣ ਮੁਤਾਬਕ ਉਹਨਾਂ ਨੇ ਪਿੰਡ ਦੀ ਫਿਰਨੀ ਨੂੰ ਸੀਲ ਕਰ ਦਿੱਤਾ ਹੈ, ਜਿਸ ਵਿੱਚ ਅੰਕੁਸ਼ ਮਹਿਮੀ ਸਮੇਤ ਪਿੰਡ ਦੇ ਹੋਰ ਨੌਜਵਾਨਾਂ ਨੂੰ ਨਾਲ ਲੈ ਕੇ ਠੀਕਰੀ ਪਹਿਰੇ ਲਾਏ ਜਾ ਰਹੇ ਆ, ਜਿਸ ਤਹਿਤ ਬਾਹਰਲਾ ਵਿਅਕਤੀ ਕੋਈ ਵੀ ਪਿੰਡ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਅਤੇ ਪਿੰਡ ਦੇ ਲੋਕਾਂ ਨੂੰ ਆਉਣ ਜਾਣ ਵੇਲੇ ਉਹਨਾਂ ਦੇ ਮਾਸਕ ਪਹਿਨਾਇਆ ਜਾ ਰਿਹਾ ਆ, ਜਿਸ ਤਹਿਤ ਉਹ ਆਪਣੇ ਪਿੰਡ ਦੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਦਾ ਯਤਨ ਕਰ ਰਹੇ ਹਨ। ਆਓ ਤੁਹਾਨੂੰ ਦਿਖਾਉਂਦੇ ਹਾਂ ਹੋਰ ਕਾਂਤੀ ਮੋਹਨ ਨੇ ਕੀ ਅਹਿਮ ਉਪਰਾਲੇ ਕੀਤੇ ਆ ਆਪਣੇ ਪਿੰਡ ਦੇ ਲੋਕਾਂ ਦੀ ਸੇਫਟੀ ਦੇ ਲਈ। ਸਾਡੇ ਬਹੁਤ ਹੀ ਸਤਿਕਾਰਯੋਗ ਸੀਨੀਅਰ ਪੁਲਿਸ ਅਧਿਕਾਰੀ ਸਾਡੇ SSP ਸਾਹਿਬ ਔਰ ਮਾਨਯੋਗ SDM ਸਾਹਿਬ, ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਕੇ ਅਸੀਂ ਆਪਣੇ ਪਿੰਡ ਨੂੰ ਸਾਰੇ ਪਾਸਿਆਂ ਤੋਂ ਸੀਲ ਕੀਤਾ ਹੈ, ਐਜ਼ ਏ ਚੈੱਕ ਪੋਸਟਾਂ ਬਣਾ ਕੇ ਉਹਦੇ ਉੱਤੇ ਦੋ ਜਿਹੜੇ ਵਲੰਟੀਅਰ ਆ ਉਹ ਬਿਠਾ ਦਿੱਤੇ ਗਏ ਆ, ਤਾਂ ਕਿ ਬਾਹਰਲੇ ਪਿੰਡਾਂ ਦੇ ਵਿੱਚੋਂ ਆਉਣ ਵਾਲਾ ਕੋਈ ਵੀ ਵਿਅਕਤੀ ਜਿਹੜਾ ਉਹ ਸਾਡੇ ਪਿੰਡ ਦੇ ਵਿੱਚ ਨਾ ਆਵੇ, ਨਾ ਕਿਸੇ ਦੇ ਨਾਲ ਮੇਲ ਜੋਲ ਕਰੇ, ਸਿਰਫ ਜਿਹੜਾ ਆ ਉਹ ਪਿੰਡ ਦੇ ਜਿਹੜੇ ਲੋਕ ਆ ਉਹ ਹੀ ਖੂਹਾਂ 'ਤੇ ਜਾਂ ਪਿੰਡ ਦੇ ਵਿੱਚ ਜਿਹੜਾ ਪੱਠੇ ਜਿਹੜਾ ਚਾਰਾ ਚੂਰਾ ਕੰਮ ਕਰਾਉਣ ਲਈ ਉਹਨਾਂ ਨੂੰ ਜਿਹੜੀ ਇਜਾਜ਼ਤ ਦਿੱਤੀ ਜਾਂਦੀ ਆ, ਪਿੰਡੋਂ ਬਾਹਰਲੇ ਕਿਸੇ ਵਿਅਕਤੀ ਨੂੰ ਕੋਈ ਵੀ ਇਜਾਜ਼ਤ ਜਿਹੜੀ ਆ ਉਹ ਨਹੀਂ ਦਿੱਤੀ ਜਾ ਰਹੀ। ਔਰ ਲੋਕਾਂ ਨੂੰ ਮਾਸਕ ਕਿਵੇਂ ਪਹਿਨਣਾ ਆ, ਮਾਸਕ ਨੂੰ ਨਸ਼ਟ ਕਰਨਾ ਆ, ਮਾਸਕ ਨੂੰ 2-4 ਘੰਟੇ ਬਾਅਦ ਜਿਹੜਾ ਆ ਉਹ ਲਾ ਕੇ ਉਤਾਰਨਾ ਕਿੱਦਾਂ ਆ, ਉਹਦੇ ਬਾਰੇ ਜਿਹੜਾ ਆ ਉਹ ਜਾਣੂ ਕਰਵਾਇਆ ਜਾ ਰਿਹਾ। ਔਰ ਪਿੰਡ ਦੇ ਵਿੱਚ ਜਿਹੜੇ ਵਲੰਟੀਅਰ ਆ, ਅੱਜ ਮਾਨਯੋਗ SDM ਸਾਹਿਬ ਔਰ DSP ਸਾਹਿਬ ਫਲੋਰ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਕੇ ਹੁਣ ਪਿੰਡ ਦੇ ਵਿੱਚ ਕੁਛ ਵਲੰਟੀਅਰਾਂ ਦਾ ਜਿਹੜੇ ਪਾਸ ਬਣਾ ਕੇ ਉਹਨਾਂ ਨੂੰ ਘਰਾਂ ਦੇ ਵਿੱਚ ਹੀ ਮਤਲਬ ਜਿਹੜਾ ਆ ਪਿੰਡ ਵਾਸੀਆਂ ਨੂੰ ਰਾਸ਼ਨ, ਮੈਡੀਕਲ ਹੋਰ ਗੈਸ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਜਿਹੜੀ ਆ ਉਹ ਜ਼ਰੂਰਤ ਆ ਅਤੇ ਉਹਨਾਂ ਨੂੰ ਘਰ ਦੇ ਵਿੱਚ ਜਿਹੜਾ ਆ ਉਹ ਮੁਹੱਈਆ ਕਰਵਾਇਆ ਜਾ ਰਿਹਾ। ਪਿੰਡ ਵਾਸੀਆਂ ਨੂੰ, ਇਲਾਕਾ ਨਿਵਾਸੀਆਂ ਨੂੰ, ਪੂਰੇ ਪੰਜਾਬ ਦੇ ਸੂਬੇ ਦੇ ਵਿੱਚ ਰਹਿੰਦੇ ਵਸਿੰਦਿਆਂ ਨੂੰ ਮੇਰੀ ਪੁਰਜ਼ੋਰ ਹੱਥ ਜੋੜ ਕੇ ਬੇਨਤੀ ਆ ਕਿ ਇਹ ਇੱਕ ਵਾਇਰਸ ਆ, ਪ੍ਰਕੋਸ਼ਨ ਇਜ਼ ਬੈਟਰ ਦੈਨ ਕਿਓਰ, ਇਲਾਜ ਨਾਲੋਂ ਪਰਹੇਜ਼ ਚੰਗਾ, ਇਸ ਕਰਕੇ ਇਹਦੇ ਤੋਂ ਇਤਿਆਤ ਵਰਤੋਂ, ਘਰਾਂ ਦੇ ਅੰਦਰ ਰਹਿ ਕੇ ਹੀ ਇਸ ਬਿਮਾਰੀ ਦੇ ਨਾਲ ਲੜਿਆ ਜਾ ਸਕਦਾ। ਆਪਾਂ ਜਨਤਕ ਥਾਵਾਂ 'ਤੇ ਨਾ ਪਹੁੰਚੀਏ, ਨਾ ਕਿਸੇ ਨਾਲ ਮੇਲ ਜੋਲ ਬਣਾਈਏ, ਤਾਂ ਕਿ ਇਹ ਚੇਨ ਜਿਹੜੀ ਆ ਉਹ ਟੁੱਟ ਸਕਦੀ ਆ। ਇਸ ਕਰਕੇ ਅਸੀਂ ਬਹੁਤ ਸਖਤੀ ਦੇ ਨਾਲ ਇੱਥੇ ਪਿੰਡ ਦੇ ਵਿੱਚ ਜਿੰਨੇ ਵੀ ਸਾਡੇ ਕੋਲ ਸੋਰਸਸ ਹੋ ਰਹੇ ਆ ਉਹਨਾਂ ਦੇ ਨਾਲ ਜਿਹੜਾ ਆ ਪਿੰਡ ਵਾਸੀਆਂ ਨੂੰ ਘਰਾਂ ਵਿੱਚ ਰਹਿ ਕੇ ਅਪੀਲ ਕਰ ਰਹੇ ਹਾਂ ਕਿ ਇੱਕ ਤੁਸੀਂ ਘਰਾਂ ਵਿੱਚ ਹੀ ਰਹੋ, ਕਿਉਂਕਿ ਸਾਨੂੰ ਤਾਂ ਸਾਡਾ ਪਿੰਡ ਪਿਆਰਾ, ਸਾਨੂੰ ਸਾਡੇ ਪਿੰਡ ਵਾਸੀ ਪਿਆਰੇ ਆ, ਭੈਣਾਂ ਭਰਾ ਮਾਤਾਵਾਂ, ਅਸੀਂ ਇਹਨਾਂ ਨੂੰ ਹੱਸਦੇ ਵੱਸਦੇ ਖੁਸ਼ ਜਿਹੜੇ ਆ ਉਹ ਦੇਖਣਾ ਚਾਹੁੰਦੇ ਹਾਂ। ਇਸ ਕਰਕੇ ਇੱਕ ਸਿਹਤ ਵਿਭਾਗ ਨੂੰ ਮੇਰੀ ਬੇਨਤੀ ਹੈ ਪੁਰਜ਼ੋਰ ਕਿ ਉਹ ਵਧੀਆ ਤਰੀਕੇ ਦੇ ਨਾਲ ਕੋਈ ਸੈਨੇਟਾਈਜ਼ਰ, ਕੋਈ ਮਾਸਕ ਵਗੈਰਾ ਜੋ ਵੀ ਚੀਜ਼ਾਂ ਉਹ ਉਪਲਬਧ ਕਰਾ ਸਕਦੇ ਆ ਸਾਡੇ ਤੱਕ ਜਿਹੜੀਆਂ ਕਰਾਉਣ, ਕਿਉਂਕਿ ਉਹਨਾਂ ਦੇ ਕਿਸੇ ਵੀ ਅਧਿਕਾਰੀ ਨੇ ਸਾਡੇ ਨਾਲ ਹਜੇ ਤੱਕ ਕੋਈ ਜਿਹੜਾ ਆ ਉਹ ਲਿੰਕ ਨਹੀਂ ਸਾਧਿਆ। ਜੀ ਬਿਲਕੁਲ, ਤੁਸੀਂ ਵੇਖਿਆ ਜਿਵੇਂ ਪ੍ਰਸ਼ਾਸਨ ਅਤੇ ਸਰਕਾਰ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਬੜੀ ਮਿਹਨਤ ਕਰ ਰਹੇ ਆ। ਜੇਕਰ ਇਹੋ ਜਿਹੇ ਸਰਪੰਚ ਪੰਜਾਬ ਦੇ ਹੋਰ ਪਿੰਡਾਂ ਵਿੱਚ ਜਾਗਰੂਕ ਹੋ ਜਾਣ ਅਤੇ ਆਪੋ ਆਪਣੇ ਪਿੰਡਾਂ ਦੀ ਰਖਵਾਲੀ ਕਰਨ ਲੱਗ ਪੈਣ ਤਾਂ ਪੂਰੇ ਪੰਜਾਬ ਦੇ ਪਿੰਡਾਂ ਦੇ ਲੋਕ ਠੀਕ ਰਹਿ ਸਕਦੇ ਆ। ਸੋ ਲੋੜ ਹੈ ਸਾਨੂੰ ਜਾਗਰੂਕਤਾ ਦੀ, ਲੋੜ ਹੈ ਸਾਨੂੰ ਪ੍ਰਸ਼ਾਸਨ ਦੇ ਹੁਕਮ ਦੀ ਪਾਲਣਾ ਕਰਨ ਦੀ, ਅਤੇ ਅਸੀਂ ਵੀ ਇਹੀ ਬੇਨਤੀ ਕਰਦੇ ਹਾਂ ਸਾਂਝੀ ਵੱਲੋਂ ਵੱਧ ਤੋਂ ਵੱਧ ਜਿਹੜਾ ਲੋਕ ਆਪਣੇ ਘਰਾਂ ਵਿੱਚ ਹੀ ਰਹਿਣ ਤਾਂ ਜੋ ਕਿ ਅਸੀਂ ਪ੍ਰਸ਼ਾਸਨ ਦੀ ਹੁਕਮਾਂ ਦੀ ਪਾਲਣਾ ਕਰ ਸਕੀਏ ਅਤੇ ਇਹੋ ਜਿਹੇ ਸਰਪੰਚਾਂ ਨੂੰ ਸ਼ਾਬਾਸ਼ ਦੇਣੀ ਬਣਦੀ ਹੈ ਜੋ ਆਪਣੇ ਪਿੰਡਾਂ ਦੇ ਲੋਕਾਂ ਦੀ ਰਖਵਾਲੀ ਲਈ ਅਹਿਮ ਯਤਨ ਕਰ ਰਹੇ ਹਨ। ਨਵੀਆਂ ਅਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ।